ਸ਼ੀਲਾ ਰਾਣੀ ਤਾਗੜੀ ਡੀਏਵੀ ਪਬਲਿਕ ਸਕੂਲ ਬਿਲਗਾ ਵਿੱਚ ਅੱਜ ਸ਼੍ਰੀਮਤੀ ਨੀਨਾ ਤਾਗੜੀ ਦੇ ਕੈਨੇਡਾ ਵਿੱਚ ਐਸੋਸੀਏਟ ਮਨਿਸਟਰ ਆਫ ਸਮਾਲ ਬਿਜ਼ਨਸ ਐਡ ਟੈਪ ਰਿਡਕਸ਼ਨ ਮੈਨੇਜਰ ਬਣਨ ਤੇ ਉਹਨਾਂ ਦੇ ਸਨਮਾਨ ਵਿੱਚ ਇੱਕ ਛੋਟਾ ਜਿਹਾ ਸਮਾਰੋਹ ਕੀਤਾ ਗਿਆ ਅਤੇ ਇਸ ਖੁਸ਼ੀ ਦੇ ਮੌਕੇ ਤੇ ਲੱਡੂ ਵੰਡੇ ਗਏ। ਇਹ ਸਾਰੇ ਬਿਲਗਾ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਬਿਲਗਾ ਪਿੰਡ ਦੀ ਨੂੰਹ ਵਿਦੇਸ਼ ਵਿੱਚ ਵੀ ਆਪਣੀ ਯੋਗਤਾ ਅਤੇ ਸਫਲਤਾ ਦਾ ਝੰਡਾ ਲਹਿਰਾ ਰਹੀ ਹੈ। ਉਹ ਸਕੂਲ ਦੇ ਚੇਅਰਮੈਨ ਸ਼੍ਰੀ ਅਸ਼ਮਨੀ ਤਾਗੜੀ ਦੀ ਧਰਮ ਪਤਨੀ ਹੈ। ਆਪਣੀ ਪ੍ਰਸਿੱਧੀ ਕਰਕੇ MPP ਮਿਸੀਸਾਗਾ ਸਟਰੀਟਸ ਪਿੱਲੇ ਸੀ। ਹੁਣ ਇਹਨਾਂ ਦੀ ਮਦਦ ਅਤੇ ਲਗਨ ਨੂੰ ਦੇਖਦੇ ਹੋਏ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਹੈ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਵੀ ਸ਼ਰਮਾ ਨੇ ਇਹਨਾਂ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਪੂਰੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵਧਾਈ ਦਿੱਤੀ। ਉਹਨਾਂ ਨੇ ਕਿਹਾ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ਼੍ਰੀਮਤੀ ਤਾਗੜੀ ਅੱਜ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਨਾ ਕੇਵਲ ਆਪਣੇ ਪਿੰਡ ਦੇ ਪੂਰੇ ਭਾਰਤ ਦਾ ਨਾਮ ਰੋਸ਼ਨ ਕਰ ਰਹੀ ਹੈ, ਵਿਦੇਸ਼ਾਂ ਵਿੱਚ ਰਹਿੰਦੇ ਹੋਏ ਭਾਰਤੀਆਂ ਦੇ ਲਈ ਇੱਕ ਪ੍ਰੇਰਨਾ ਸਰੋਤ ਹੈ। ਇਸ ਮੌਕੇ ਪ੍ਰਿੰਸੀਪਲ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਅਸ਼ਮਨੀ ਤਾਗੜੀ ਅਤੇ ਉਹਨਾਂ ਦੇ ਪਰਿਵਾਰ ਨੇ ਪਿੰਡ ਵਿੱਚ ਸਿੱਖਿਆ ਦਾ ਇੱਕ ਨਵਾਂ ਮੁਨਾਰਾ ਸਥਾਪਤ ਕਰਨ ਲਈ DAV ਸਕੂਲ 2 ਏਕੜ ਜ਼ਮੀਨ ਦਾਨ ਦਿੱਤੀ ਸੀ। ਇਹ ਸਕੂਲ ਉਹਨਾਂ ਦੀਆਂ ਉਮੀਦਾਂ ਤੇ ਖਾਰਾ ਉਤਰਿਆ ਅਤੇ ਇਲਾਕੇ ਦੇ ਮੰਨੇ ਪ੍ਰਮੰਨੇ ਸਕੂਲਾਂ ਵਿੱਚੋਂ ਇੱਕ ਹੈ। ਸ਼ਾਨ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੀਤ ਸਿੰਘ ਨਾਗੀ ਦੀ ਰਿਪੋਰਟ। ਇਹ ਹਮਾਰੇ ਲਈ ਬੜੇ ਇੱਕ ਮਾਨ ਸਨਮਾਨ ਕੀ ਬਾਤ ਹੈ ਕਿ ਸ਼੍ਰੀਮਤੀ ਨੀਨਾ ਤਾਂਗੜੀ ਜੀ ਵਹਾਂ ਪਰ ਕੈਨੇਡਾ ਮੇ ਮੰਤਰੀ ਬਣਾਈ ਗਈ ਹੈ, ਐਸੋਸੀਏਟ ਮਿਨਿਸਟਰ ਆਫ ਸਮਾਲ ਬਿਜ਼ਨਸ ਐਂਡ ਰੈਡ ਟੇਪ ਰਿਡਕਸ਼ਨ। ਪਹਿਲੇ ਜਬ ਇਹ MPP ਚੁਣੀ ਗਈ ਥੀ ਤਬ ਸਕੂਲ ਮੇ ਪਧਾਰੀ ਥੀ ਤੋ ਬਹੁਤ ਸਭ ਨੇ ਬਹੁਤ ਖੁਸ਼ੀ ਕਾ ਇਜ਼ਹਾਰ ਕੀਆ ਥਾ ਔਰ ਅਬ ਹਮਾਰੇ ਸਭ ਕੇ ਲੀਏ ਔਰ ਬੜੀ ਖੁਸ਼ੀ ਕੀ ਬਾਤ ਹੈ ਕਿ ਵੋ ਅਬ ਫੁੱਲ ਫਲੈਜ ਮਿਨਿਸਟਰ ਬਣੀ ਹੈ ਔਰ ਹਮ ਭਗਵਾਨ ਕੇ ਆਗੇ ਪ੍ਰਾਰਥਨਾ ਕਰਤੇ ਹੈ ਕਿ ਇਸਸੇ ਵੀ ਉੱਚੇ ਅਹੁਦੇ ਪਰ ਪਹੁੰਚੇ ਔਰ ਵੋ ਦਿਨ ਵੀ ਦੂਰ ਨਹੀਂ ਹੈ ਜਬ ਮੁਝੇ ਲੱਗਤਾ ਹੈ ਕਿ ਵੋ ਕੈਨੇਡਾ ਕੀ ਪ੍ਰੀਮੀਅਰ ਚੁਣੀ ਜਾਏਗੀ ਔਰ ਇਨਕੇ ਜੋ ਹਸਬੈਂਡ ਅਸ਼ਮੀ ਤਾਂਗੜੀ ਹਮਾਰੇ ਇਸ ਵਕਤ LMC ਕੇ ਮੈਂਬਰ ਹੈ ਤੋ LMC ਕੇ ਮੇਰੇ ਸਭੀ ਸਾਥੀਓ ਨੇ ਇਸਕੇ ਲੀਏ ਮੁਬਾਰਕਬਾਦ ਦੀ। ਹਮਾਰੀ ਮੈਨੇਜਰ ਡਾਕਟਰ ਅਜੇ ਸਰੀਨ, ARO ਡਾਕਟਰ ਰਸ਼ਮੀ ਵਿਜ ਜੀ ਔਰ ਹਮਾਰੇ ਵਾਈਸ ਚੇਅਰਮੈਨ ਅਜੇ ਗੋਸਵਾਮੀ ਜੀ ਔਰ LMC ਕੇ ਜਿਤਨੇ ਸਾਥੀ ਹੈ ਉਹਨੇ ਢੇਰ ਸਾਰੀ ਸ਼ੁਭਕਾਮਨਾਏ ਭੇਜੀ ਹੈ ਔਰ ਇਸਕੇ ਇਲਾਵਾ ਹਮਾਰੇ ਹਰ ਅਧਿਆਪਕ ਨੇ ਇਸ ਚੀਜ਼ ਕੇ ਲੀਏ ਖੁਸ਼ੀ ਜ਼ਾਹਰ ਕੀ ਹੈ ਔਰ ਬੱਚੋਂ ਕੋ ਜਬ ਇਹ ਸ਼ੇਅਰ ਕੀਏਗਾ ਤੋ ਬੱਚੋਂ ਨੇ ਆਪਣੇ ਘਰੋਂ ਸੇ ਕਿਉਂਕਿ ਅੱਜ ਕੱਲ੍ਹ ਸਕੂਲ ਬੰਦ ਹੈ ਕੋਵਿਡ ਕੇ ਕਾਰਨ, ਗਰਮੀ ਕੀ ਛੁੱਟੀਆਂ ਚੱਲ ਰਹੀਆਂ ਤੋ ਜਬ ਬੱਚੋਂ ਕੋ ਇਸ ਬਾਤ ਕਾ ਖੁਸ਼ੀ ਕਾ ਪਤਾ ਚਲਾ ਤੋ ਬੱਚੋਂ ਕੇ ਮਾਂ ਬਾਪ ਨੇ ਔਰ ਬੱਚੋਂ ਨੇ ਇਸ ਚੀਜ਼ ਕੇ ਲੀਏ ਬੜੀ ਖੁਸ਼ੀ ਕਾ ਇਜ਼ਹਾਰ ਕੀਆ ਕਿਉਂਕਿ ਇਹ DAV ਬਿਲਗਾ ਕੇ ਲੀਏ ਹੀ ਨਹੀਂ ਸਭ ਕੇ ਲੀਏ ਬੜੀ ਖੁਸ਼ੀ ਕੀ ਬਾਤ ਹੈ। ਆਪਕੋ ਬਤਾਤੇ ਮੁਝੇ ਹਰਸ਼ ਮਹਿਸੂਸ ਹੋ ਰਿਹਾ ਕਿ ਇਹ ਜਿਸ ਜ਼ਮੀਨ ਪਰ ਇਹ 2 ਏਕੜ ਜ਼ਮੀਨ ਜੋ ਹੈ ਇਹ ਤਾਂਗੜੀ ਪਰਿਵਾਰ ਨੇ ਲੇਕਰ ਦੀ ਥੀ ਔਰ ਇਸਕੇ ਬਾਅਦ ਇਹਨੇ ਮਦਨ ਤਾਂਗੜੀ ਫਿਜ਼ੀਓ ਮੈਡ ਸੈਂਟਰ ਵੀ ਬਿਲਗਾ ਮੇ ਚਲਾਇਆ ਔਰ ਉਸਕਾ ਜਿਸਕਾ ਉਦਘਾਟਨ ਹਮਾਰੇ ਹੈਲਥ ਮਿਨਿਸਟਰ ਸਾਹਿਬ ਨੇ ਕੀਆ ਥਾ ਔਰ ਇਸਕੇ ਇਲਾਵਾ ਵੀ ਯਹਾਂ ਪੇ ਬਹੁਤ ਅੱਛੇ ਪ੍ਰੋਜੈਕਟਸ ਲੇਕਰ ਚਲਤੇ ਰਹਤੇ ਹੈ ਔਰ ਸਭਸੇ ਬੜੀ ਅੱਛੀ ਬਾਤ ਇਹ ਹੈ ਕਿ ਇਹ ਜੋ ਪਰਿਵਾਰ ਹੈ ਸਕੂਲ ਕੇ ਸਾਥ ਫਿਜ਼ੀਓ ਮੈਡ ਕੇ ਸਾਥ ਬਹੁਤ ਦਿਲ ਕੇ ਸਾਥ ਜੁੜਾ ਔਰ ਹਰ ਵਰਸ਼ ਸਾਲ ਮੇ ਤੋ ਕਈ ਵਾਰ ਅਸ਼ਨੀ ਭਈਆ ਤੋ ਸਾਲ ਮੇ 2 ਵਾਰ ਵੀ ਆ ਜਾਤੇ ਹੈ ਔਰ ਵੋ ਸਕੂਲ ਕਾ ਬਹੁਤ ਧਿਆਨ ਦੇਤੇ ਹੈ ਔਰ ਫਿਜ਼ੀਓ ਮੈਡ ਸੈਂਟਰ ਉਸਕਾ ਵੀ ਪੂਰਾ ਪੂਰਾ ਧਿਆਨ ਦੇਤੇ ਹੈ ਔਰ ਗਾਓ ਕੇ ਲੀਏ ਔਰ ਵੀ ਕਹੀਂ ਤਰੱਕੀ ਕੀ ਬਾਤ ਹੋ ਉਸਕੇ ਲੀਏ ਵੀ ਇਹ ਕਾਮ ਕਰਤੇ ਹੈ ਤੋ ਇਸਕੇ ਲੀਏ ਨੀਨਾ ਜੀ ਔਰ ਤਾਂਗੜੀ ਪਰਿਵਾਰ ਕੋ ਹਮ ਸਭ ਕੀ ਤਰਫ ਸੇ ਢੇਰ ਸਾਰੀ ਸ਼ੁਭਕਾਮਨਾ ਔਰ ਹਮਾਰਾ ਸਭ ਕਾ ਜੋ ਸਰ ਹੈ ਉਹ ਫਖਰ ਕੇ ਸਾਥ ਉੱਚਾ ਹੈ ਔਰ ਇਹ ਮੁਝੇ ਲੱਗਤਾ ਕਿ ਬਿਲਗਾ ਕੇ ਲੀਏ ਨਹੀਂ ਹਮਾਰੇ ਭਾਰਤ ਵਰਸ਼ ਕੇ ਲੀਏ ਸਭ ਕੇ ਲੀਏ ਬੜੀ ਖੁਸ਼ੀ ਕੀ ਬਾਤ ਹੈ ਕਿ ਵਿਦੇਸ਼ੋ ਮੇਂ ਜਾਕਰ ਜੋ ਹਮਾਰੇ NRIs ਹੈ ਯਹਾਂ ਪੇ ਔਰ ਵੋ ਬੁਲੰਦੀਓ ਕੋ ਛੂ ਰਹੇ ਇਸਕੇ ਸਾਥ ਹੀ ਹਮਾਰੇ 2 ਸਾਥੀ ਔਰ ਵੀ ਪੰਜਾਬੀ ਭਾਈ ਮਿਨਿਸਟਰ ਬਣਾਏ ਗਏ ਉਨਕੋ ਵੀ ਢੇਰ ਸਾਰੀ ਸ਼ੁਭਕਾਮਨਾ ਮੈਂ DAV ਪਰਿਵਾਰ ਕੀ ਤਰਫ ਸੇ ਸ਼ੀਲਾ ਤਾਂਗੜੀ DAV ਪਬਲਿਕ ਸਕੂਲ ਬਿਲਗਾ ਕੀ ਤਰਫ ਸੇ ਸਭ ਇਨ ਸਭ ਕੋ ਢੇਰ ਸਾਰੀ ਮੁਬਾਰਕਬਾਦ ਦੇ ਰਹੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ। ਮਾਣ ਵਾਲੀ ਗੱਲ ਹੈ ਸਾਡੇ ਦੋਸਤ ਅਸ਼ਮੀ ਤਾਂਗੜੀ ਦੀ ਵਾਈਫ ਸ਼੍ਰੀਮਤੀ ਨੀਨਾ ਤਾਂਗੜੀ ਮਿਨਿਸਟਰ ਬਣੇ ਨੇ ਕੈਨੇਡਾ ਦੇ ਵਿੱਚ ਔਰ ਉਹਨਾਂ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਔਰ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ। ਸਾਨੂੰ ਬੜੀ ਫਖਰ ਦੀ ਗੱਲ ਹੈ, ਸਾਨੂੰ ਇਹਨਾਂ 'ਤੇ ਮਾਣ ਹੈ, ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਬਿਲਗਾ ਦੇ ਵਾਸੀ ਸ਼੍ਰੀ ਅਸ਼ਮੀ ਤਾਂਗੜੀ ਜੀ ਦੇ ਵਾਈਫ ਜੋ ਕਿ ਕੈਨੇਡਾ ਵਿੱਚ ਮਿਨਿਸਟਰ ਬਣੇ ਹਨ। ਪਹਿਲਾਂ ਤਾਂ ਆਪਣੇ ਬਿਲਗਾ ਵਾਸੀਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਕਿ ਬਿਲਗਾ ਦੇ ਕੋਈ ਐਡੇ ਵੱਡੇ ਅਹੁਦੇ 'ਤੇ ਪਹੁੰਚਿਆ, ਇਹ ਬਹੁਤ ਮਾਣ ਦੀ ਗੱਲ ਹੈ ਸਾਡੇ ਲਈ।